ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਬੱਬੀ ਦੀ ਕਿਚਨ 'ਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ। ਅੱਜ ਆਪਾਂ ਚੌਲਾਂ ਦੇ ਲੱਡੂ ਬਣਾਵਾਂਗੇ। ਆਪਾਂ ਰਾਈਸ ਲਏ ਆ 250 ਗ੍ਰਾਮ, 250 ਗ੍ਰਾਮ ਮੈਂ ਸ਼ੂਗਰ ਲਈ ਆ, ਇਹਦਾ ਮੈਂ ਬਰੀਕ ਪਾਊਡਰ ਬਣਾ ਲਿਆ ਪੀ ਕੇ ਮਿਕਸੀ ਦੇ ਵਿੱਚ। ਓਕੇ, 250 ਗ੍ਰਾਮ ਹੀ ਆਪਾਂ ਘਿਓ ਲਿਆ ਆ, ਘਿਓ ਨੂੰ ਆਪਾਂ ਮਿਲਟ ਹੋਣ ਲਈ ਰੱਖਿਆ ਹੋਇਆ ਹੈ। ਚੌਲ ਜਿਹੜੇ ਲੈਣੇ ਆ ਉਹ ਆਪਾਂ ਧੋ ਕੇ ਲੈਣੇ ਆ, ਚਾਹੇ ਤੁਸੀਂ ਰਾਤ ਨੂੰ ਧੋ ਲਓ, ਸਵੇਰ ਨੂੰ ਸੁਕਾ ਲਓ, ਚਾਹੇ ਤੁਸੀਂ ਉਦੋਂ ਹੀ ਧੋ ਕੇ ਅਤੇ ਤੌਲੀਏ ਦੇ ਨਾਲ ਐਨ ਡਰਾਈ ਕਰਕੇ ਫਿਰ ਰੋਸਟ ਕਰਨੇ ਆ। ਆਪਾਂ ਚੌਲ ਲਏ ਆ, ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਕੇ ਫਰਾਈ ਪੈਨ ਦੇ ਵਿੱਚ ਇਹਨਾਂ ਨੂੰ ਆਪਾਂ ਗੋਲਡਨ ਬਰਾਊਨ ਕਰਾਂਗੇ। ਮੱਠੀ ਮੱਠੀ ਅੱਗ ਦੇ ਉੱਤੇ ਇਹਨਾਂ ਨੂੰ ਆਪਾਂ ਗੋਲਡਨ ਬਰਾਊਨ ਕਰਕੇ ਫਿਰ ਇਹਨਾਂ ਨੂੰ ਆਪਾਂ ਪੀ ਲੈਣਾ ਮਿਕਸੀ ਦੇ ਵਿੱਚ। ਹੁਣ ਆਪਣੇ ਇੰਨੇ ਕੁ ਆਪਾਂ ਬਰਾਊਨ ਇਹ ਕਰਨੇ, ਜਿੱਦਾਂ ਤਿਲ ਨਹੀਂ ਹੁੰਦੇ ਐਨ ਸਲੋ ਗੈਸ 'ਤੇ ਕਰਨੇ, ਜਿੱਦਾਂ ਆਪਾਂ ਬੇਸਣ ਭੁੰਨੀ ਲੈਣਾ, ਇੱਦਾਂ ਇਹਨਾਂ ਨੂੰ ਐਨ ਕਰ ਲੈਣਾ, ਰੋਸਟ ਕਰ ਲਿਆ ਸਵਾਰ ਕੇ ਆਪਾਂ। ਹੁਣ ਇਹਨਾਂ ਨੂੰ ਠੰਡੇ ਕਰਕੇ ਅਤੇ ਫਿਰ ਆਪਾਂ ਮਿਕਸੀ ਦੇ ਵਿੱਚ ਇਹਨਾਂ ਦਾ ਪਾਊਡਰ ਬਣਾ ਲੈਣਾ। ਰੋਸਟ ਕਰਕੇ ਸਾਰੇ ਐਨ, ਅਤੇ ਆਪਾਂ ਉਹਨਾਂ ਦਾ ਐਨ ਆਟਾ ਬਣਾ ਲਿਆ, ਇਹਨੂੰ ਛਾਣਨੀ ਨਾ, ਮਾੜਾ ਜਿਹਾ ਛਾਣ ਲੈਣਾ ਵੀ ਜਿਹੜਾ ਮੋਟਾ ਹੈ ਵਿੱਚ ਰਹਿ ਨਾ ਜਾਵੇ, ਹੈ ਨਾ। ਐਨ ਇੱਦਾਂ ਬਰੀਕ ਕਰ ਲੈਣਾ, ਖੰਡ ਵਾਂਗੂ ਜਿੱਦਾਂ ਪੂਰਾ ਖੰਡ ਕਰੀ ਦੀ ਨਾ, ਇੱਦਾਂ ਕਰ ਲੈਣਾ। ਅਤੇ ਹੁਣ ਆਪਾਂ ਥੋੜ੍ਹੇ ਜਿਹੇ ਮੈਂ ਲਈ ਹੈ ਕਿਸ਼ਮਿਸ਼, ਅਤੇ ਇੱਕ ਲਈ ਆਪਾਂ ਇਲਾਇਚੀ ਪਾਊਡਰ ਲਿਆ 1/2 ਚਮਚਾ, ਅਤੇ ਥੋੜ੍ਹੇ ਜਿਹੇ ਕਾਜੂ ਅਤੇ ਬਦਾਮ ਅਤੇ ਪਿਸਤਾ ਉਹ ਕਰੱਸ਼ ਕੀਤੇ ਆ। ਹੁਣ ਨਾਲੇ ਆਪਾਂ ਘਿਓ ਮਿਲਟ ਕਰ ਲਈਏ, ਨਾਲੇ ਮਾੜਾ ਜਿਹਾ ਇਹਨਾਂ ਨੂੰ ਰੋਸਟ ਕਰ ਲਈਏ, ਫਿਰ ਇਹਦੇ 'ਚ ਮਿਕਸ ਕਰਦੇ ਹਾਂ। ਆਪਾਂ ਗੈਸ ਲਾਤਾ ਆ, ਅਤੇ ਹੁਣ ਇਹਦੇ 'ਚ ਘਿਓ ਥੋੜ੍ਹਾ ਜਿਹਾ ਪਾ ਕੇ, ਅਤੇ ਆਪਾਂ ਨਾਲੇ ਘਿਓ ਮਿਲਟ ਕਰ ਲਈਏ, ਨਾਲੇ ਆਪਾਂ ਆਪਣੇ ਜਿਹੜੇ ਨਟ ਕੀਤੇ ਆ ਬਦਾਮ ਕਾਜੂ ਉਹਨਾਂ ਨੂੰ ਆਪਾਂ ਮਾੜਾ ਜਿਹਾ ਰੋਸਟ ਕਰ ਲਈਏ, ਫਿਰ ਵਿੱਚ ਮਿਕਸ ਕਰ ਲਵਾਂਗੇ ਉਹਦੇ। ਘਿਓ ਆਪਣਾ ਮਿਲਟ ਹੋ ਗਿਆ, ਆਪਾਂ ਇਹਦੇ 'ਚ ਕਾਜੂ ਬਦਾਮ ਅਤੇ ਪਿਸਤਾ ਮਾੜਾ ਜਿਹਾ ਇਹਨੂੰ ਕਰੱਸ਼ ਕਰ ਲਈਏ, ਰੋਸਟ ਕਰ ਲਈਏ ਮਾੜਾ ਜਿਹਾ। ਨਾਲੇ ਆਪਾਂ ਸੌਗੀ ਪਾ ਦਈਏ, ਸੌਗੀ ਮੈਂ ਧੋ ਕੇ ਲਈ ਹੈ ਕੋਲੀ ਦੇ ਵਿੱਚ, ਹੈ ਨਾ, ਧੋ ਲਿਓ ਤੁਸੀਂ ਵੀ। ਆਪਾਂ ਧੋ ਕੇ ਇਹਨੂੰ ਵੀ ਮਾੜਾ ਜਿਹੀ ਕਰ ਲਈਏ। ਸੌਗੀ ਆਪਣੀ ਫੁੱਲਣ ਲੱਗ ਪਈ ਵਿੱਚ, ਨਟ ਵੀ ਹੋ ਗਏ ਥੋੜ੍ਹੇ ਥੋੜ੍ਹੇ ਜਿਹੜੇ ਪਾਏ ਸੀ ਆਪਾਂ, ਬਸ ਆਪਾਂ ਬਾਹਲੇ ਰੋਸਟ ਕਰਨੇ ਨਹੀਂ, ਕਰਕੇ ਬਰੀਕ ਬਹੁਤ ਕੱਟੇ ਆ, ਉਹ ਹਿਲੂ ਹੋ ਜਾਣੇ ਜੇ ਜ਼ਿਆਦਾ ਆਪਾਂ ਕਰ ਲਏ, ਹੈ ਨਾ। ਹੁਣ ਆਪਾਂ ਇਹਨੂੰ ਬੋਲ ਦੇਣਾ ਵਿੱਚ, ਹੌਲੀ ਹੌਲੀ ਸਾਰਾ ਆਪਾਂ ਘਿਓ ਮਿਕਸ ਕਰ ਲੈਣਾ ਵਿੱਚ, ਹੈ ਨਾ। ਬਾਕੀ ਦਾ ਘਿਓ ਵੀ ਆਪਾਂ ਮੈਲਟ ਕੀਤਾ ਹੋਇਆ, ਜਿੱਦਾਂ ਜਿੱਦਾਂ ਆਪਾਂ ਨੂੰ ਲੋੜ ਪਊਗੀ ਆਪਾਂ ਨਾਲ ਨਾਲ ਉਹਨੇ ਮਿਕਸ ਕਰ ਲਵਾਂਗੇ। ਘਿਓ ਸਾਰਾ ਨਹੀਂ, ਇੱਕ ਵਾਰੀ ਪਾਉਣਾ ਘਿਓ, ਜਿੱਦਾਂ ਆਪਣੀਆਂ ਪਿੰਨੀਆਂ ਵਾਂਗੂ ਵੱਟ ਹੋ ਜਾਵੇ ਉਨਾ ਕੁ ਪਾਉਣਾ ਹੈ। ਨੀਚੇ ਆਪਾਂ ਇਲਾਇਚੀ ਪਾਊਡਰ ਪਾ ਲਈਏ, 1/2 ਚਮਚਾ ਲਿਆ ਮੈਂ 5-7 ਇਲਾਇਚੀਆਂ ਦਾ, ਹੈ ਨਾ, ਕਰਕੇ ਕਰੱਸ਼ ਕਰ ਲਈਆਂ। ਆਪਾਂ ਖੰਡ ਵੀ ਨਾਲੇ ਮਿਕਸ ਕਰ ਦਈਏ ਥੋੜ੍ਹੀ ਥੋੜ੍ਹੀ ਕਰਕੇ, ਪਹਿਲਾਂ ਅੱਧੀ ਪਾ ਕੇ ਦੇਖਦੇ, ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ, ਮਿੱਠਾ ਵੱਧ ਘੱਟ ਵੀ ਕਰ ਸਕਦੇ, ਹੈ ਨਾ, ਖੰਡ ਥੋੜ੍ਹੀ ਵੀ ਲੈ ਸਕਦੇ ਹਾਂ ਆਪਾਂ। ਖੰਡ ਮੈਂ ਖੰਡ ਪੂਰੀ ਲਈ ਸੀਗੀ, ਇਹਦੇ ਦੇਖ ਕੇ ਪਾਉਣੀ ਘਿਓ ਅਤੇ ਖੰਡ ਦੇਖ ਕੇ ਪਾਉਣੀ, ਜੇ ਆਪਣੀ ਪਿੰਨੀ ਵੱਟ ਹੋ ਜਾਵੇ ਉਸ ਹਿਸਾਬ ਨਾਲ ਘਿਓ ਪਾ ਦੇਣਾ ਆਪਾਂ, ਠੀਕ ਹੈ ਜੀ। ਹੁਣ ਆਪਾਂ ਹੱਥ ਨਾਲ ਇਹਨੂੰ ਮਿਕਸ ਕਰਦੇ, ਐਨ ਵਧੀਆ ਹੋ ਗਿਆ, ਆਪਾਂ ਨੂੰ ਹੋਰ ਘਿਓ ਪਾਉਣ ਦੀ ਲੋੜ ਹੀ ਨਹੀਂ ਹੈਗੀ। ਖੰਡ ਵੀ ਆਪਾਂ ਪੂਰੀ ਨਹੀਂ ਪਾਈ ਹੈਗੀ, ਅਤੇ ਘਿਓ ਵੀ ਆਪਣਾ ਥੋੜ੍ਹਾ ਜਿਹਾ ਬਚ ਗਿਆ, ਆਹ ਦੇਖੋ ਇੱਦਾਂ ਘੁੱਟ ਘੁੱਟ ਕੇ ਇਹਨੂੰ ਨਿੱਕੇ ਨਿੱਕੇ ਲੱਡੂ ਵੱਟ ਲੈਣੇ, ਨਾਈਸ ਐਨ ਗੋਲ ਗੋਲ ਬਣਦੇ, ਦੇਖੋ ਇਹਨੂੰ ਸਾਰੇ ਵੱਟ ਕੇ ਦਿਖਾਉਣੀ ਤੁਹਾਨੂੰ, ਤੁਸੀਂ ਟਰਾਈ ਕਰਕੇ ਦੇਖਿਓ, ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਰ ਦਿਓ, ਅਤੇ ਨਾਲੇ ਖਾ ਕੇ ਦੇਖਿਓ ਬਣਾ ਕੇ, ਬਹੁਤ ਨਾਈਸ ਬਣਦੇ ਆ ਚੌਲਾਂ ਦੇ ਲੱਡੂ, ਹੈ ਨਾ। ਆਪਾਂ ਟਰਾਈ ਕਰਦੇ ਹਾਂ, ਵੱਟ ਹੁੰਦੇ ਹਨ, ਜੇ ਘੇ ਥੋੜ੍ਹਾ ਹੁੰਦਾ ਫਿਰ ਵੱਟ ਨਹੀਂ ਸੀ ਹੋਣੇ, ਫਿਰ ਆਪਾਂ ਘਿਓ ਹੋਰ ਪਾ ਦੇਣਾ ਸੀ, ਹੁਣ ਐਨ ਲੱਡੂ ਵੱਟ ਹੁੰਦੇ ਆ। ਆਹ ਦੇਖੋ ਆਪਣੇ ਵੱਟੇ ਹੋ ਗਏ ਲੱਡੂ, ਬਸ ਆਹੀ ਰਹਿ ਗਏ। ਇਹ ਹੁੰਦਾ ਆ ਜਿੱਦਾਂ ਥੋੜ੍ਹੀ ਜਿਹੀ ਸੂਜੀ ਵਾਂਗੂ ਸਰਕਦਾ ਜਿਹਾ, ਪਰ ਵੱਟ ਹੁੰਦੇ ਲੱਡੂ ਆ ਦੇਖੋ। ਜੇ ਤੁਹਾਨੂੰ ਘਿਓ ਘੱਟ ਲੱਗੇ ਤੁਸੀਂ ਘਿਓ ਪਾ ਸਕਦੇ, ਪਰ ਘੇ ਪੂਰਾ ਆ, ਐਨ ਨਾਈਸ ਆ। ਇੱਦਾਂ ਥੋੜ੍ਹੀ ਜਿਹੀ ਘੁੱਟ ਕੇ ਫਿਰ ਇਹਨੂੰ ਦੱਬ ਦੇਣੇ, ਬਹੁਤ ਸੋਹਣੇ ਲੱਡੂ ਬਣਦੇ, ਟਰਾਈ ਕਰਕੇ ਦੇਖਿਓ, ਵਧੀਆ ਲੱਗਣੇ, ਨਿਆਣਿਆਂ ਨੇ ਲਾਈਕ ਕਰਨੇ, ਬਣਾ ਕੇ ਦੇਖਿਓ ਸਾਰੇ। ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਹੁਣ ਸਾਰੇ, ਕਿੰਨੇ ਸੋਹਣੇ ਬਣ ਕੇ ਰੈਡੀ ਹੋ ਗਏ। ਇਹਨੂੰ ਰੈਡੀ ਕਰਕੇ ਦੇਖਿਓ, ਬਣਾ ਕੇ ਦੇਖਿਓ, ਅਤੇ ਜਿਹੜੇ ਚੌਲ ਆ ਉਹ ਲੋਅ ਹੀਟ 'ਤੇ ਭੁੰਨਣੇ ਆ, ਐਨ ਸਲੋ ਗੈਸ 'ਤੇ ਭੁੰਨ ਕੇ ਉਹਨਾਂ ਨੂੰ ਗਰੇਟ ਕਰ, ਭੁੰਨ ਕੇ ਉਹਨਾਂ ਨੂੰ ਤੁਸੀਂ ਪੀ ਲਓ ਮਿਕਸੀ ਦੇ ਵਿੱਚ, ਅਤੇ ਖੰਡ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ, ਹੈ ਨਾ। ਦੇਖ ਲਿਓ ਮਾੜਾ ਜਿਹਾ ਖਾ ਕੇ ਵਿੱਚੋਂ ਖੰਡ ਤੇਜ਼ ਘੱਟ ਨਾ ਹੋਵੇ, ਆਪਣੀ ਖੰਡ ਤਾਂ ਅੱਧੀ ਵੀ ਨਹੀਂ ਲੱਗੀ, ਨਾ ਕਿ ਇੱਕ ਕੜਛੀ ਘਿਓ ਦੀ ਲੱਗੀ, ਸਾਰੀ ਸਮਾਨ ਆਪਾਂ ਪੂਰਾ ਪੂਰਾ ਪਿੱਛਾ ਸੀ, ਹੈ ਨਾ। ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦਾ, ਥੈਂਕ ਯੂ ਵੈਰੀ ਮੱਚ।